ਪੂਰੇ ਜ਼ਿਲ੍ਹੇ ਵਿੱਚ 8 ਬੱਸ ਸਟੈਂਡ ਅਤੇ 18 ਰੇਲਵੇ ਸਟੇਸ਼ਨ ਵਿੱਚ ਚੈਕਿੰਗ ਕੀਤੀ ਗਈ ਹੈ। ਜਿਵੇਂ ਤੁਸੀਂ ਵੇਖਿਆ ਹੈ ਜਿਹੜਾ ਕੈਂਟ ਫਿਰੋਜ਼ਪੁਰ ਰੇਲਵੇ ਸਟੇਸ਼ਨ ਹੈਗਾ, ਇਸ ਦਾ ਪੂਰਾ ਕਾਰਗੋ ਦਾ ਐਂਟੀ ਸਬੋਟਾਜ ਚੈੱਕ ਕਰਾਇਆ ਗਿਆ ਹੈਗਾ ਡੋਗ ਸਕੁਆਡ ਅਤੇ ਐਂਟੀ ਸਬੋਟਾਜ ਟੀਮ ਦੀ ਮਦਦ ਦੇ ਨਾਲ, ਅਤੇ ਨਾਲ ਜਿੰਨੇ ਵੀ ਸੱਕੀ ਮੁਸਾਫਰ ਸੀ ਉਹਨਾਂ ਦੀ ਚੈਕਿੰਗ ਕਰਾਈ ਗਈ ਹੈ। ਜਿਹੜੀ ਰਿਕਵਰੀਆਂ ਹੈਗੀ ਉਹਦੀ ਲਿਸਟ ਕੰਪਾਇਲ ਕੀਤੀ ਜਾ ਰਹੀ ਹੈ, ਉਹ ਤੁਹਾਨੂੰ ਸਾਮ ਤੱਕ ਪ੍ਰੋਵਾਈਡ ਕਰਾਂਗੇ। ਧੰਨਵਾਦ। ਪੂਰੇ ਜ਼ਿਲ੍ਹੇ ਵਿੱਚ 8 ਬੱਸ ਸਟੈਂਡ ਅਤੇ 18 ਰੇਲਵੇ ਸਟੇਸ਼ਨ ਵਿੱਚ ਚੈਕਿੰਗ ਕੀਤੀ ਗਈ ਹੈ। ਜਿਵੇਂ ਤੁਸੀਂ ਵੇਖਿਆ ਹੈ ਜਿਹੜਾ ਕੈਂਟ ਫਿਰੋਜ਼ਪੁਰ ਰੇਲਵੇ ਸਟੇਸ਼ਨ ਹੈਗਾ, ਇਸ ਦਾ ਪੂਰਾ ਕਾਰਗੋ ਦਾ ਐਂਟੀ ਸਬੋਟਾਜ ਚੈੱਕ ਕਰਾਇਆ ਗਿਆ ਹੈਗਾ ਡੋਗ ਸਕੁਆਡ ਅਤੇ ਐਂਟੀ ਸਬੋਟਾਜ ਟੀਮ ਦੀ ਮਦਦ ਦੇ ਨਾਲ, ਅਤੇ ਨਾਲ ਜਿੰਨੇ ਵੀ ਸੱਕੀ ਮੁਸਾਫਰ ਸੀ ਉਹਨਾਂ ਦੀ ਚੈਕਿੰਗ ਕਰਾਈ ਗਈ ਹੈ। ਜਿਹੜੀ ਰਿਕਵਰੀਆਂ ਹੈਗੀ ਉਹਦੀ ਲਿਸਟ ਕੰਪਾਇਲ ਕੀਤੀ ਜਾ ਰਹੀ ਹੈ, ਉਹ ਤੁਹਾਨੂੰ ਸਾਮ ਤੱਕ ਪ੍ਰੋਵਾਈਡ ਕਰਾਂਗੇ। ਧੰਨਵਾਦ। ਪੂਰੇ ਜ਼ਿਲ੍ਹੇ ਵਿੱਚ 8 ਬੱਸ ਸਟੈਂਡ ਅਤੇ 18 ਰੇਲਵੇ ਸਟੇਸ਼ਨ ਵਿੱਚ ਚੈਕਿੰਗ ਕੀਤੀ ਗਈ ਹੈ। ਜਿਵੇਂ ਤੁਸੀਂ ਵੇਖਿਆ ਹੈ ਜਿਹੜਾ ਕੈਂਟ ਫਿਰੋਜ਼ਪੁਰ ਰੇਲਵੇ ਸਟੇਸ਼ਨ ਹੈਗਾ, ਇਸ ਦਾ ਪੂਰਾ ਕਾਰਗੋ ਦਾ ਐਂਟੀ ਸਬੋਟਾਜ ਚੈੱਕ ਕਰਾਇਆ ਗਿਆ ਹੈਗਾ ਡੋਗ ਸਕੁਆਡ ਅਤੇ ਐਂਟੀ ਸਬੋਟਾਜ ਟੀਮ ਦੀ ਮਦਦ ਦੇ ਨਾਲ, ਅਤੇ ਨਾਲ ਜਿੰਨੇ ਵੀ ਸੱਕੀ ਮੁਸਾਫਰ ਸੀ ਉਹਨਾਂ ਦੀ ਚੈਕਿੰਗ ਕਰਾਈ ਗਈ ਹੈ। ਜਿਹੜੀ ਰਿਕਵਰੀਆਂ ਹੈਗੀ ਉਹਦੀ ਲਿਸਟ ਕੰਪਾਇਲ ਕੀਤੀ ਜਾ ਰਹੀ ਹੈ, ਉਹ ਤੁਹਾਨੂੰ ਸਾਮ ਤੱਕ ਪ੍ਰੋਵਾਈਡ ਕਰਾਂਗੇ। ਧੰਨਵਾਦ। ਪੂਰੇ ਜ਼ਿਲ੍ਹੇ ਵਿੱਚ 8 ਬੱਸ ਸਟੈਂਡ ਅਤੇ 18 ਰੇਲਵੇ ਸਟੇਸ਼ਨ ਵਿੱਚ ਚੈਕਿੰਗ ਕੀਤੀ ਗਈ ਹੈ। ਜਿਵੇਂ ਤੁਸੀਂ ਵੇਖਿਆ ਹੈ ਜਿਹੜਾ ਕੈਂਟ ਫਿਰੋਜ਼ਪੁਰ ਰੇਲਵੇ ਸਟੇਸ਼ਨ ਹੈਗਾ, ਇਸ ਦਾ ਪੂਰਾ ਕਾਰਗੋ ਦਾ ਐਂਟੀ ਸਬੋਟਾਜ ਚੈੱਕ ਕਰਾਇਆ ਗਿਆ ਹੈਗਾ ਡੋਗ ਸਕੁਆਡ ਅਤੇ ਐਂਟੀ ਸਬੋਟਾਜ ਟੀਮ ਦੀ ਮਦਦ ਦੇ ਨਾਲ, ਅਤੇ ਨਾਲ ਜਿੰਨੇ ਵੀ ਸੱਕੀ ਮੁਸਾਫਰ ਸੀ ਉਹਨਾਂ ਦੀ ਚੈਕਿੰਗ ਕਰਾਈ ਗਈ ਹੈ। ਜਿਹੜੀ ਰਿਕਵਰੀਆਂ ਹੈਗੀ ਉਹਦੀ ਲਿਸਟ ਕੰਪਾਇਲ ਕੀਤੀ ਜਾ ਰਹੀ ਹੈ, ਉਹ ਤੁਹਾਨੂੰ ਸਾਮ ਤੱਕ ਪ੍ਰੋਵਾਈਡ ਕਰਾਂਗੇ। ਧੰਨਵਾਦ।